ਅਸਲਾਮੁਅਲੈਕਮ ਦੋਸਤੋ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਅਰਸ਼ਦ ਅਲੀ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਅਰਸ਼ਦ ਅਲੀ ਜੋਈਆ। ਤੇ ਜਿਵੇਂ ਕਿ ਜਨਾਬ ਤੁਹਾਨੂੰ ਪਤਾ ਹੈ ਕਿ ਮੈਂ ਹਰ ਰੋਜ਼ ਕੋਸ਼ਿਸ਼ ਕਰਨਾ ਕਿ ਜਨਾਬ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂ, ਤੇ ਅੱਜ ਵੀ ਜਨਾਬ ਮੈਂ ਲੈ ਕੇ ਆਇਆ। ਆਹ ਮੇਰੇ ਜਨਾਬ ਖੱਬੇ ਪਾਸੇ ਤਿੰਨ ਮੱਝਾਂ ਖਲੋਤੀਆਂ ਨੇ। ਮੱਝ ਨੰਬਰ ਇੱਕ ਤੋਂ ਕੈਮਰਾਮੈਨ ਸਾਹਿਬ ਸ਼ੁਰੂ ਕਰੋ। ਇਸ ਮੈਂ ਦਾ ਜਨਾਬ ਕੀ ਹਿਸਾਬ ਕਿਤਾਬ ਹੈ, ਇਹ ਮੈਂ ਕਰ ਲਵਾਂਗਾ ਮਾਲਕ ਨਾਲ ਗੱਲਾਂ, ਤੇ ਲੈਣੇ ਦੇਣੇ ਜਨਾਬ ਮੁਕੱਦਰ ਹੁੰਦੇ ਨੇ। ਅਰਸ਼ਦ ਅਲੀ ਟੀਵੀ ਚੈਨਲ ਜਨਾਬ ਤੁਹਾਡੇ ਵਾਸਤੇ ਸਫ਼ਰ ਕਰਕੇ ਜਨਾਬ ਤੇ ਚੰਗੀਆਂ ਚੀਜ਼ਾਂ ਜਨਾਬ ਤੁਹਾਨੂੰ ਵਿਖਾਉਂਦਾ। ਐਵੇਂ ਨਹੀਂ ਵਿਖਾਉਂਦਾ ਦੂਸਰਿਆਂ ਚੈਨਲਾਂ ਤਰ੍ਹਾਂ, ਲੱਲੀ ਮੰਜੀ ਵਾਲਿਆਂ ਤਰ੍ਹਾਂ ਵੀ ਜਨਾਬ ਮੱਲੂ ਮੋੜ ਤੇ ਆਪਣਾ ਝੰਗ ਮੰਡੀ ਦੀਆਂ ਖਰੀਦ ਕੇ ਲਿਆ ਕੇ ਤੇ ਮੁੱਲ ਕੀਤੀ ਰੱਖਾਂ ਜਨਾਬ 2 ਦਾ 2 20 2 30 1 90। ਤੇ ਮੈਂ ਆਖਾਂ ਵੀ ਕਿਆ ਇਹ ਬਾਤ ਹੈ ਜਨਾਬ, ਉਹ ਤਾਂ ਇੰਝ ਹੁੰਦਾ ਪਿਆ ਤੇ ਆ ਕਿਆ ਇੰਝ ਹੁੰਦਾ ਪਿਆ। ਇਹ ਜਨਾਬ ਨੀਲੀ ਬ੍ਰਾਂਡ ਦਾ ਮਾਲ ਅਰਸ਼ਦ ਅਲੀ ਤੁਹਾਨੂੰ ਵਿਖਾਉਂਦਾ, ਤੇ ਨੀਲੇ ਬਾਹਰ ਦੀਆਂ ਜਨਾਬ ਤੁਹਾਨੂੰ ਮੱਝਾਂ ਵਿਖਾਉਂਦਾ। ਐਵੇਂ ਆਂਢ ਪਾਂਢ ਦੀਆਂ ਨਹੀਂ ਮੈਂ ਪਾ ਕੇ ਵਿਖਾਈ ਰੱਖਦਾ ਵੀ 4 ਮਹੀਨੇ ਦੁੱਧ ਦੇਵਣ ਤੇ ਮੁੜ ਕੇ ਭੱਜ ਜਾਣ, ਤੇ ਤੁਸੀਂ ਆਖੋ ਕਿਆ ਇਹ ਬਾਤ ਹੈ ਜਨਾਬ ਫਲਾਣੀ ਜਗ੍ਹਾ ਤੋਂ ਫਲਾਣੀ ਲੈ ਕੇ ਆਇਆ ਸਾਂ ਤੇ ਇੰਝ ਹੁੰਦਾ ਪਿਆ। ਇਹ ਨੀਲੀ ਦਾ ਮਾਲ ਹੈ ਜਨਾਬ, ਤੇ ਸਦਾਂ ਦੁੱਧ ਕਰਦੀ ਰਹਿੰਦੀ ਹੈ ਜੇ ਮਾਲਕ ਇਹਨੂੰ ਸਾਂਭਣ ਤਾਂ। ਇਹ ਜਨਾਬ ਮੈਂ ਨੰਬਰ ਇੱਕ ਤੁਸੀਂ ਵੇਖਦੇ ਪਏ ਜੇ, ਇਹ ਮੈਂ ਜਨਾਬ ਸੂਈ ਹੋਈ ਹੈ, ਮਗਰ ਇਹਦੇ ਕੀ ਹੈ ਉਹ ਮੈਂ ਕਰਾਂਗਾ ਮਾਲਕ ਨਾਲ ਗੱਲਾਂ। ਤੇ ਕੈਮਰਾਮੈਨ ਸਾਹਿਬ ਭਾਈ ਨੂੰ ਕਹਿ ਮਾੜੀ ਜੀ ਟੋਰੇ ਇਹਨੂੰ ਆਪਾਂ ਵੇਖ ਲੈਂਦੇ ਹਾਂ ਵੀ ਕਿਤੇ ਇਹਦੇ ਪੈਰ ਦੇ ਵਿੱਚ ਕੰਡਾ ਛੰਡਾ ਤਾਂ ਨਹੀਂ ਵੱਜਿਆ, ਜੇ ਵੱਜਿਆ ਹੋਇਆ ਤਾਂ ਉਹ ਵੀ ਪਤਾ ਲੱਗ ਜਾਏਗਾ। ਤੇ ਤੁਸੀਂ ਵਿਖਾਓ ਤੇ ਮੈਂ ਕਰਨਾ ਭਾਅ ਨਾਲ ਗੱਲਾਂ। ਭਾਅ ਜੀ ਤੁਸੀਂ ਮੇਰੇ ਕੋਲ ਆਇਓ। ਅਸਲਾਮੁਅਲੈਕਮ ਜੀ। ਵਾਲੇਕਮ ਸਲਾਮ ਜੀ। ਲਓ ਭਾਅ ਜੀ ਥੋੜ੍ਹਾ ਜਿਹਾ ਨਾ ਉੱਚੀ ਬੋਲਣਾ ਸਰਕਾਰ, ਤਾਂ ਕਿ ਪਤਾ ਲੱਗੇ ਆਪਣੇ ਸਾਰੇ ਬੇਲੀਆਂ ਸੱਜਣਾ ਨੂੰ ਵੀ ਮੀਆਂ ਜੀ ਬੰਦੇ ਨੇ ਗੱਲ ਇਹ ਕੀਤੀ ਹੈ। ਇਹ ਮੈਂ ਨੰਬਰ ਜਨਾਬ ਇੱਕ ਜਿਹੜੀ ਕੈਮਰਾਮੈਨ ਵਿਖਾ ਰਿਹਾ, ਇਹ ਮੈਨੂੰ ਤੁਸੀਂ ਦੱਸਣਾ ਹੈ ਵੀ ਇਹ ਸੁਬਾਹ ਕਿੰਨਵਾਂ ਸੂਈ ਹੈ, ਮਗਰ ਇਹਦੇ ਕੀ ਹੈ ਤੇ ਕਿੰਨਾ ਇਹ ਹਾਜ਼ਰ ਮੌਕੇ ਦੁੱਧ ਕਰਦੀ ਪੀ, ਤੇ ਕਿੰਨੇ ਦਿਨ ਹੋਏ ਨੇ ਸੂਈ ਨੂੰ? ਇਹਨੂੰ ਸੂਈ ਨੂੰ ਤੀਜਾ ਦਿਨ ਹੈ ਮਗਰ ਇਹਦੇ ਕੱਟਾ, ਇਸ ਟਾਈਮ ਇਹਦੇ 12-13 ਸਰ ਦੁੱਧ ਦੇ ਦੂਜਣ ਮਾਝੇ ਜੀ। ਠੀਕ ਹੋ ਗਿਆ ਜੀ, ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ 12-13 ਦਿਨ ਜਨਾਬ ਇਹਨੂੰ ਹੋ ਗਏ ਨੇ ਸੂਈ ਨੂੰ? ਨਹੀਂ ਜੀ, ਤੀਜਾ ਦਿਨ ਸੂਈ ਨੂੰ ਜੀ। ਅੱਛਾ, ਤੀਜਾ ਦਿਨ ਇਹਨੂੰ ਸੂਈ ਨੂੰ ਹੈ, ਮਗਰ ਇਹਦੇ ਕੱਟਾ, ਦੂਜਾ ਇਹ ਸੁਬਾਹ ਸੂਈ ਹੈ, ਇੰਝ ਹੀ ਕਹਿ ਰਹੇ ਹੋ ਨਾ? ਜੀ ਜੀ। ਤੇ ਇਹ ਦੁੱਧ ਕਰਦੀ ਪੀ ਹੈ 12-13 ਲੀਟਰ ਤੁਸੀਂ ਕਹਿ ਰਹੇ? ਜੀ ਜੀ। ਇਹ ਜਿਹੜਾ 12 ਕੱਚੀ ਸੂਈ ਹੈ ਜੀ, ਅਜੇ ਕੱਚੀ ਸੂਈ ਬੋਲੇ ਚ ਹੈ ਜੀ, ਦੂਜਾ ਤੀਜਾ ਦਿਨ ਹੈਗਾ ਜੀ। ਠੀਕ ਹੋ ਗਿਆ। ਤੇ ਇਹ ਜਿਹੜਾ ਸਰਕਾਰ 12-13 ਲੀਟਰ ਦੁੱਧ ਕਰਦੀ ਪਈ ਹੈ, ਇਹ ਤੁਸੀਂ ਮੈਨੂੰ ਦੱਸਣਾ ਹੈ ਵੀ ਇਹ ਕਿੰਨਾ ਥਣਾ 'ਚ ਕਰਦੀ ਪਈ ਹੈ? ਇਹ ਪਿਛਲੀ ਗਾੜੀ 'ਚ ਪਛਾੜੀ 'ਚ ਕਰ ਰਹੀ, ਗਾੜੀ ਬੱਚੇ ਨੂੰ ਚੁਗਾ ਤੇ, ਯਾਨੀ ਕਿ 2 ਥਣ ਬੱਚੇ ਨੂੰ ਚੁਗਾਉਂਦੇ ਜੇ, ਬਾਕੀ ਜਿਹੜੇ 2 ਥਣ ਨੇ ਉਹਨਾਂ ਵਿੱਚ 12-13 ਲੀਟਰ ਦੁੱਧ ਕਰਦੀ ਪਈ ਹੈ, 7 ਕਿਲੋ ਦੁੱਧ 2 ਥਣਾਂ ਦਾ? ਹਾਂਜੀ, ਪਿਛਲੇ 2 ਥਣਾਂ 'ਚੋਂ। ਇਹ ਦੁੱਧ ਭਾਅ ਜੀ ਆਪਾਂ ਉਹੀ ਦੱਸਣਾ ਜਿਹੜਾ ਆਪਾਂ ਪੂਰਾ ਕਰਾਉਣਾ? ਕਿਹੜਾ ਹੈਗਾ ਤੈਨੂੰ ਉਹੀ ਦੱਸਿਆ ਆ। ਠੀਕ ਹੋ ਗਿਆ ਜੀ, ਐਵੇਂ ਨਹੀਂ ਦੱਸੀ ਰੱਖਣਾ ਵੀ ਮੀਆਂ ਤਾਂ ਕਰੇਗੀ 80 ਲੀਟਰ ਤੇ ਆ ਕਰੇਗੀ 50 ਲੀਟਰ। ਹੁਣ ਤੁਸੀਂ ਮੈਨੂੰ ਕਹਿ ਰਹੇ ਜੇ ਤੇ ਆ ਮੱਝ 14-15 ਸਰ ਦੁੱਧ ਦਿੰਦੀ ਪਹਿਲਾਂ ਉਤੇ। ਠੀਕ ਹੋ ਗਿਆ ਜੀ, ਹੁਣ ਇਹ ਦੂਜਾ ਸੁਬਾਹ ਸੂਈ ਹੈ ਤੇ 2 ਥਣਾਂ 'ਚ 13-14 ਲੀਟਰ ਤੁਸੀਂ ਦੁੱਧ ਚੁਵਾਉਣਾ ਮੈਨੂੰ, ਇਹ ਗੱਲ ਤੁਸੀਂ ਜ਼ਿਹਨ 'ਚ ਰੱਖਣੀ ਹੈ। ਠੀਕ ਹੋ ਗਿਆ ਜੀ, ਇਸ ਮੈਂ ਨੰਬਰ ਇੱਕ ਦਾ ਜਨਾਬ ਹੁਣ ਇਹ ਵੀ ਇਹਦੇ ਜਿਹੜੇ ਆਪਾਂ ਪੈਸੇ ਲੈਣੇ ਨੇ ਫਾਈਨਲ ਜੇ ਉਹ ਕਿੰਨੇ ਨੇ? ਫਾਈਨਲ ਕਿਹੜਾ ਲੈਣੇ ਨੇ ਆਪਾਂ? ਮੁੱਲ ਦਿੰਦਾ ਸੀ ਕਰਨੇ 3 ਲੱਖ ਰੁਪਏ, ਲੈਣਾ ਆਪਾਂ 2.70 ਇਹਦਾ। 2.70 ਦੇ ਵਿੱਚ ਕੋਈ ਮਾੜਾ ਮੋਟਾ ਪਿਆਰ ਮੁਹੱਬਤ? ਕੋਈ ਪਿਆਰ ਮੁਹੱਬਤ ਨਹੀਂ, ਆਪਾਂ ਤੂੰ ਆਖਿਆ ਵੀ ਗੱਲਾਂ ਕਰ ਤੇ ਪਿਆਰ ਮੁਹੱਬਤ ਕਰਦੇ ਤਾਂ ਨਾ ਮੁੱਲ ਦੱਸਿਆ। ਨਹੀਂ, ਕੋਈ ਮਾੜਾ ਮੋਟਾ ਪਿਆਰ ਮੁਹੱਬਤ ਆਪਾਂ ਨੂੰ ਕਰਨਾ ਪੈ ਗਿਆ, ਕਿਹੜਾ ਹੁੰਦਾ ਤਾਂ ਕੱਢ ਦਿੱਤਾ ਸੀ, ਹੁਣ ਕਸਰ ਰੱਖੀ ਨਹੀਂ ਹੈ। ਆਹ ਕੈਮਰਾਮੈਨ ਸਾਹਿਬ ਮੈਂ ਨੰਬਰ ਜਨਾਬ 2 ਵਿਖਾਓ ਜੀ। ਇਹ ਜਨਾਬ ਮੈਂ ਨੰਬਰ 2 ਤੁਸੀਂ ਵੇਖਦੇ ਪੈ ਜੇ, ਇਸ ਮੈਂ ਦਾ ਕੀ ਹਿਸਾਬ ਕਿਤਾਬ ਹੈ, ਇਹ ਵੀ ਮੈਂ ਕਰਾਂਗਾ ਮਾਲਕ ਨਾਲ, ਤੇ ਇਹਨੂੰ ਵੀ ਥੋੜ੍ਹਾ ਖੁਲਾ ਕੇ ਤੇ ਟੁਰਾ ਕੇ ਵੇਖ ਲਵੀਂ ਵੀ ਇਹ ਵੀ ਬਿਲਕੁਲ ਠੀਕ ਠਾਕ ਟੁਰਦੀ ਹੈ, ਕਿਸੇ ਪਾਸੋਂ ਲੰਘ ਛੰਗ ਤਾਂ ਨਹੀਂ ਮਾਰਦੀ। ਭਾਅ ਜੀ ਇਹ ਜਿਹੜੀ ਮੈਂ ਇਹ ਵੀ ਉਵੇਂ ਹੀ ਦੱਸਣਾ ਜੇ ਵੀ ਇਹਦਾ ਕੀ ਹਿਸਾਬ ਕਿਤਾਬ ਹੈ? ਇਹ ਵੀ ਦੂਜਣ ਮਾਝੇ ਮਗਰ ਘੱਟੀ ਜਾਂਦੇ, ਅੱਗੇ ਸੁਬਾਹ ਪੀਤਾ ਜਾਂਦਾ ਮਾਝ ਦਾ ਪਹਿਲਾਂ 9 ਤੇ ਮਾਝੇ 14-15-16 ਸਰ ਦੁੱਧ ਦਿੰਦੀ ਰਹੀ ਹੈ, ਹੁਣ ਇਹਦੇ ਥੱਲੇ 12 ਸਰ ਦੁੱਧ ਹੈ 2 ਟਾਈਮਾਂ ਦਾ ਜੀ। ਇਹ ਕੱਲ੍ਹ ਸੂਈ ਹੈ ਜੀ। ਅੱਛਾ, ਇਹ ਵੀ ਕੱਲ੍ਹ ਸੂਈ ਹੈ ਤੇ ਇਹਦੇ ਮਗਰ ਕੀ ਹੈ? ਮਗਰ ਇਹਦੇ ਕੱਟੀ। ਠੀਕ ਹੋ ਗਿਆ ਜੀ, ਇਹਦੇ ਮਗਰ ਕੱਟੀ ਹੈ ਤੇ ਕੱਲ੍ਹ ਸੂਈ ਬੋਲਾ ਹੈ, ਅਜੇ ਬੋਲਾ ਕਰਦੀ ਵੀ ਕਿੰਨਾ ਕਰਦੀ ਵੀ ਜਿਹੜਾ ਹਾਜ਼ਰ ਮੌਕੇ ਇਸ ਟਾਈਮ ਇਹ ਕਰਦੀ ਵੀ ਬੋਲਾ 12-13 ਸਿਰ। ਅੱਛਾ, 12-13 ਸਿਰ ਕਰਦੀ ਪਈ ਹੈ, ਇਹ ਵੀ 2 ਥਣਾਂ 'ਚ ਕਰਦੀ ਪਈ? 2 ਥਣਾਂ 'ਚ ਕਰ ਰਹੀ ਹੈ। ਪੱਕੀ ਗੱਲ ਹੀ ਹੈ ਨਾ ਵੀ 2 ਥਣਾਂ 'ਚ ਪੱਕੀ ਹੋਵੇ ਦੀ ਇੱਕ ਫਰਕ ਨਾ ਹੋਵੇ ਜਰੀ ਵੀ? ਠੀਕ ਹੋ ਗਿਆ ਜੀ, ਇਹ ਮੈਂ ਨੰਬਰ ਤੁਸੀਂ 2 ਕਹਿ ਰਹੇ ਜੇ ਕਿ ਇਹਨੂੰ ਇਹ ਸੂਈ ਹੈ 2-3 ਦਿਨ ਹੋ ਗਿਆ ਤੇ ਇਹਦੇ ਮਗਰ ਕੱਟੀ ਹੈ ਤੇ ਦੁੱਧ ਇਹ ਵੀ ਕਰਦੀ ਪਈ ਹੈ 12-13 ਸਿਰ 2 ਥਣਾਂ 'ਚ। ਹਾਂਜੀ, 12-13 ਸਿਰ ਪੱਕਾ ਦੁੱਧ ਹੋਵੇ ਦਾ। ਠੀਕ ਹੋ ਗਿਆ ਜੀ, ਤੇ ਇਸ ਮੈਂ ਤੇ ਜਨਾਬ ਹੁਣ ਗੱਲ ਇਹ ਵੀ ਸੁਬਾਹ ਦੂਸਰਾ ਸੂਈ ਹੈ ਤੇ ਇਹਦੇ ਫਾਈਨਲ ਜਿਹਾ ਪੈਸੇ ਕਿੰਨੇ ਨੇ? ਮੁੱਲਾਂ ਦਾ ਕਰਨੇ ਅਸੀਂ 2,90,000 ਰੁਪਏ, ਫੈਰਨ ਮਾਝ ਦਾ 2,60,000 ਰੁਪਏ। ਠੀਕ ਹੋ ਗਿਆ ਜੀ, 2,60,000 ਰੁਪਈਆ ਵਿੱਚ ਪਿਆਰ ਮੁਹੱਬਤ ਵੀ ਉਹ ਵੀ ਆਪਾਂ ਕਰਾਵਾਂਗੇ। ਤੇ ਉਹ ਕੈਮਰਾਮੈਨ ਸਾਹਿਬ ਮੈਂ ਨੰਬਰ 3 ਵਿਖਾਓ ਜੀ। ਆਹ ਮੈਂ ਨੰਬਰ 3 ਹੈ ਜਨਾਬ, ਇਹ ਵੀ ਸੂਈ ਹੋਈ ਹੈ, ਇਹ ਕਿੰਨੇ ਦਿਨਾਂ ਦੀ ਸੂਈ ਹੈ, ਇਹ ਵੀ ਮੈਂ ਕਰਾਂਗਾ ਭਾਅ ਨਾਲ ਤੇ ਇਹਨੂੰ ਵੀ ਥੋੜ੍ਹਾ ਜਿਹਾ ਖਿਲਾ ਕੇ ਟਰਾ ਕੇ ਵੇਖ ਲਵੀਂ ਵੀ ਇਹ ਵੀ ਸਹੀ ਟੁਰਦੀ ਨਾ, ਮਤਲਬ ਬਾਅਦ 'ਚ ਪਤਾ ਲੱਗੇ ਵੀ ਇਹ ਤਾਂ ਆਪਾਂ ਵੇਖੀ ਨਹੀਂ ਸੀ ਤੇ ਹੁਣ ਮੌਕੇ 'ਤੇ ਆਏ ਹਾਂ ਤੇ ਇਹੀ ਹੋਇਆ ਖਲੋਤਾ, ਕਿਉਂਕਿ ਮੌਕੇ 'ਤੇ ਜਿਹੜੀ ਸ਼ਾਇਦ ਵੇਖ ਲਈ ਉਹਦਾ ਫਾਇਦਾ ਹੁੰਦਾ। ਲਓ ਭਾਅ ਜੀ ਇਸ ਮੈਂ ਦਾ ਵੀ
ਇਹ ਵੀ ਦੂਜਣ ਮਾਝੇ ਅਸੀਂ ਟੋਰ ਇੱਧਰ ਨੂੰ ਦੂਜਣ ਇਹਨੂੰ ਸੂਈ ਨੂੰ ਚੌਥਾ ਕੁ ਦਿਨ ਹੋ ਗਿਆ ਜੀ। ਅੱਛਾ ਇਹਨੂੰ ਸੂਈ ਨੂੰ ਚਾਰ ਦਿਨ ਹੋ ਗਏ ਨੇ ਜੀ ਅਤੇ ਇਹਦੇ ਮਗਰ ਕੀ ਜਨਾਬ? ਇਹਦੇ ਮਗਰ ਕੱਟੀ। ਇਹਦੇ ਮਗਰ ਕੱਟੀਏ ਅਤੇ ਇਹ ਜਿਹੜਾ ਫਾਈਨਲ ਦੁੱਧ ਕਰਦੀ ਪੀ ਉਹ ਕਿੰਨਾ? ਇਸ ਟਾਈਮ ਦੁੱਧ ਕਰ ਰਹੀ 15 ਸਿਰ ਦੇ ਦੋ ਟਾਈਮ ਦਾ। ਕਿੰਨਾ ਥਣਾਂ 'ਚ ਕਰਦੀ ਪੀ? ਇਹ ਪਿਛਲੇ ਦੋ ਥਣਾਂ 'ਚੋਂ ਬੱਚੇ ਤੋਂ ਗਾੜੀ ਤੋਂ ਵੱਧ ਜਾਂਦਾ ਬੱਚੇ ਉਹ ਚੋਲੀਦਾ। ਇਹ ਭਾਅ ਜੀ ਗੱਲ ਮੰਨਣ 'ਚ ਨਹੀਂ ਆਉਂਦੀ ਪੀ ਵੀ ਦੋ ਥਣਾਂ 'ਚ 15 ਸਿਰ ਦੁੱਧ ਤੁਸੀਂ ਕਹਿੰਦੇ ਪੈ ਜਾਓ ਮੈਂ ਕਰਦੀ ਪਈ ਹੈ ਯਾਰ। ਮੈਂ ਚੌਥ ਦੇਣੀ ਵੀਰ ਕਿਹੜਾ ਵੀ ਲਿਆ ਮੈਂ ਚੌਥ ਲਿਆ ਇਹਦਾ। ਠੀਕ ਹੋ ਗਿਆ ਜੀ। ਇਸ ਮੈਂ ਤਾਂ ਜਨਾਬ ਕਿੰਨੇ ਪੈਸੇ ਨੇ ਫਾਈਨਲ ਜਾ? ਮੁੱਲ ਇਹਦਾ ਕਰਨੇ ਮੈਂ ਤਾਂ 2.5 ਲੱਖ ਰੁਪਏ ਫਿਰ ਮੈਂ ਤਾਂ ਮੁੱਲ 2,20,000। ਠੀਕ ਹੋ ਗਿਆ ਜੀ। ਇਹਦੇ ਵਿੱਚ ਵੀ ਪਿਆਰ ਮੁਹੱਬਤ ਆਪਾਂ ਪਾ ਲਾਂਗੇ। ਕੈਮਰਾਮੈਨ ਸਾਹਿਬ 3 ਮਈ ਦਾ ਜਨਾਬ ਦੁਬਾਰਾ ਤੋਂ ਕਰਾ ਦਿਓ ਆਪਣਾ ਝਲਕ ਮਰਵਾ ਦਿਓ। ਅਤੇ ਨੰਬਰ ਹੈ ਜਨਾਬ ਮੇਰਾ 0372972798 0372972728। ਜਨਾਬ ਮੇਰੇ ਵਟਸਐਪ ਅਤੇ ਈਮੋ ਦਾ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਕਰਨੀ ਕਾਲ। ਇਹ 3 ਮਈ ਜਨਾਬ ਰੋਕਾਂਗਾ ਅਤੇ ਉਮੀਦ ਕਰਾਂਗਾ ਕਿ ਮੇਰੀ ਇਹ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਵੇਗੀ। ਅਤੇ ਮੇਰੀ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਜਨਾਬ ਕਰਨਾ ਸਬਸਕ੍ਰਾਈਬ ਅਤੇ ਬੈੱਲ ਆਈਕਾਊਨ ਦੇ ਬਟਨ 'ਤੇ ਮਾਰਨਾ ਹੱਥ ਤਾਂ ਕਿ ਜਨਾਬ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇ ਅਤੇ ਤੁਸੀਂ ਉਹ ਵੀਡੀਓ ਵੇਖ ਸਕੋ। ਮਿਲਾਂਗੇ ਜਨਾਬ ਅਗਲੀ ਵੀਡੀਓ 'ਚ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।